ਤੁਸੀਂ ਮੈਨੂੰ ਸੁਨੇਹਾ ਹੀ ਕਰ ਦਿੰਦੇ ਆ ਮੇਰੇ ਇੰਨੇ ਵੱਡੇ ਸੂਰਮੇ ਮੁਗਲ ਬਾਈ ਤਰ ਪਹਾੜੀ ਰਾਜਿਆਂ ਨੂੰ ਖਲਪਾੜਾਂ ਵਾਂਗੂ ਪਾੜ ਦਿੰਦੇ ਗੁਰੂ ਜੀ ਤੁਸੀਂ ਮੈਨੂੰ ਯਾਦ ਤਾਂ ਕਰਦੇ ਗੁਰੂ ਜੀ ਪਿਆਰੇ ਚੁੱਪ ਕਰਕੇ ਬੈਠੇ ਸੁਣੀ ਗਏ ਤੇ ਭਾਈ ਡੱਲੇ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਡੱਲਿਆ ਉੱਥੇ ਅਨੰਦਪੁਰ ਦੀ ਧਰਤੀ ਤੇ 7 ਮਹੀਨੇ ਘੇਰਾ ਪਿਆ ਰਿਹਾ ਉੱਥੇ 4 ਚਫੇਰੇ ਦੁਸ਼ਮਣ ਬੈਠੇ ਗੁਰੂ ਜੀ ਕਹਿੰਦੇ ਕੋਈ ਨੀ ਅਜੇ ਕਿਹੜਾ ਲੜਾਈ ਮੁੱਕ ਗਈ ਜਿੰਨਾ ਚਿਰ ਮੇਰਾ ਕੁੰਡਲੀਆ ਸੱਪ ਖਾਲਸਾ ਪੰਥ ਜਿਉਂਦਾ ਹੈ ਚੜ੍ਹਦੀਆਂ ਕਲਾਂ ਵਿੱਚ ਹੈ ਉਹਨਾਂ ਚਿਰ ਮੁਗਲ ਜ਼ੁਲਮ ਰਾਜ ਦੇ ਨਾਲ ਲੜਾਈ ਰਵੇਗੀ ਤੇ ਗੁਰੂ ਪਾਤਸ਼ਾਹ ਜੀ ਡੱਲਾ ਬੈਠਾ ਫੜਾ ਮਾਰਦਾ ਪੈਂਦਾ ਗੁਰੂ ਜੀ ਤੁਸੀਂ ਮੈਨੂੰ ਸੱਦਦੇ ਤਾਂ ਸਹੀ ਤੁਹਾਡੇ 4 ਪੁੱਤਰ ਵੀ ਨਾ ਸ਼ਹੀਦ ਹੁੰਦੇ ਤੁਹਾਡਾ ਘਰਬਾਰ ਵੀ ਨਾ ਉਜੜਦਾ ਤੇ ਗੁਰੂ ਜੀ ਕਹਿਣ ਲੱਗੇ ਕੋਈ ਨੀ ਡੱਲਿਆ ਤੈਨੂੰ ਜ਼ਰੂਰ ਯਾਦ ਕਰਾਂਗੇ ਇਹੋ ਜਿਹੀ ਕਿਹੜੀ ਗੱਲ ਹੈ ਯਾਦ ਕਰਾਂਗੇ ਜ਼ਰੂਰ ਤੈਨੂੰ ਡੱਲਿਆ ਉਹ ਅਜੇ ਕੀ ਲੜਾਈ ਮੁੱਕ ਗਈ ਯਾਦ ਬਿਪਤਾ ਪੈਨੂੰ ਕਰਵਾ ਰਿਹਾ ਦੁੱਖ ਅਸਾਂ ਦਾ ਤੂੰ ਡੱਲਿਆ ਵੰਡਾ ਰਿਹਾ ਯਾਦ ਬਿਪਤਾ ਪੈਨੂੰ ਕਰਵਾ ਰਿਹਾ ਕਿਹੜੀ ਗੱਲ ਤੋਂ ਨਰਾਜ਼ਗੀ ਦਿਖਾ ਰਿਹਾ ਸਾਥੋਂ ਗਿਆ ਨਾ ਸੁਨੇਹਾ ਤੈਨੂੰ ਕਰਿਆ ਸਾਥੋਂ ਗਿਆ ਨਾ ਤੂੰ ਸਾਡੇ ਨੁਕਸਾਨ ਹੋਏ ਦਾ ਖਿਆਲ ਨਾ ਕਰ ਉੱਥੇ ਮਾਵਾਂ ਦੇ ਪੁੱਤ ਅੱਗ ਦੀਆਂ ਭੱਠੀਆਂ ਵਿੱਚ ਚੁੱਕੇ ਗੁਰੂ ਜੀ ਕਹਿੰਦੇ ਕੋਈ ਨੀ ਕੀ ਹੋ ਗਿਆ ਜੇ ਸਾਥੋਂ ਤੈਨੂੰ ਸੁਨੇਹਾ ਨਹੀਂ ਘੱਲਿਆ ਗਿਆ ਕੋਈ ਨੀ ਅਜੇ ਕਿਹੜਾ ਲੜਾਈ ਮੁੱਕ ਗਈ ਖਿਆਲ ਕਰਨਾ ਤੂੰ ਹੋਏ ਨੁਕਸਾਨ ਦਾ ਜੰਗ ਯੁੱਧ ਹੁੰਦਾ ਰਿਹਾ ਲੜਾਈ ਮੁੱਕ ਗਈ
ਯਾਦ ਕਰਵਾ ਰਿਹਾ ਕੋਈ ਨਹੀਂ ਅਜੇ